इकतदार में शिक्षित Yeah.
ਗੋਬਿੰਦ ਪਰਿਵਾਰ ਦੇ ਨਾਲ ਲਾਉਣ ਵਾਸਤੇ ਪਹੁੰਚੇ ਨੇ, ਧੰਨਵਾਦ। ਜਥੇਦਾਰ ਸੰਤਾ ਸਿੰਘ ਜੀ ਮੱਲਾਂ ਵਾਲੇ ਤੋਂ ਤਸ਼ਰੀਫ ਲੈ ਕੇ ਆਏ ਨੇ, ਧੰਨਵਾਦ। ਬਾਬਾ ਬਲਵਿੰਦਰ ਸਿੰਘ ਜੀ ਫਿਰੋਜ਼ਪੁਰ ਤੋਂ, ਭਾਈ ਹਜ਼ਾਰਾ ਸਿੰਘ ਜੀ ਦੌਲਤਪੁਰਾ, ਭਾਈ ਦਰਬਾਰਾ ਸਿੰਘ ਜੀ ਫਰੀਦੇ ਵੱਲ, ਭਾਈ ਤਾਰਾ ਸਿੰਘ ਜੀ ਅੱਜ ਮੈਨੂੰ ਪਰਖੇ ਗਏ ਨੇ, ਜਥੇਦਾਰ ਨਰਿੰਦਰ ਸਿੰਘ ਜੀ ਪਿੰਡੇ ਵਾਲੇ, ਜਥੇਦਾਰ ਪਰਿਵਾਰ ਵਿੱਚੋਂ ਇਸੇ ਤਰ੍ਹਾਂ ਜਥੇਦਾਰ ਦਰਬਾਰਾ ਸਿੰਘ ਜੀ ਜਥੇਦਾਰ ਦੇ ਪਰਿਵਾਰ ਵਿੱਚੋਂ, ਉਹ ਵੀ ਅੱਜ ਮੈਨੂੰ ਭਰ ਗਏ ਨੇ, ਗਿਆਨੀ ਰਣਜੀਤ ਸਿੰਘ ਜੀ ਚੱਕੀਆਂ। ਇਸੇ ਤਰ੍ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦਾਸ ਸਿੰਘ ਜੀ ਭਲਾਈਪੁਰ, ਐਕਸ ਪ੍ਰੈਜੀਡੈਂਟ ਦਲ ਖਾਲਸਾ, ਔਰ ਭਾਈ ਸਾਹਿਬ ਭਾਈ ਬਰਸੀਤ ਸਿੰਘ ਜੀ ਭਲਾਈਪੁਰ ਇੰਸਪੈਕਟਰ ਸਾਹਿਬ, ਉਹ ਵੀ ਇਸ ਪਰਿਵਾਰ ਦੇ ਨਾਲ ਪਿਆਰ ਸੁਨੇਹ ਰੱਖਦੇ ਹੋਏ ਪਹੁੰਚੇ ਨੇ, ਹਾਜ਼ਰ ਨੇ ਭਰ ਰਹੇ ਨੇ। ਆਰ ਕੇ ਕੇ ਸਰਪੰਚ ਪਾਸ ਸਿੰਘ ਹਾਜ਼ਰ ਭਰ ਰਹੇ ਨੇ, ਭਾਈ ਜਸਪਾਲ ਸਿੰਘ ਜੀ ਜਗਬਾਣੀ ਦੇ ਪੱਤਰਕਾਰ ਮੱਲਾਂ ਵਾਲੇ ਤੋਂ ਤਸ਼ਰੀਫ ਲੈ ਕੇ ਆਏ ਨੇ, ਜਿਹੜੇ ਸਾਰੇ ਪ੍ਰੋਗਰਾਮ ਨੂੰ ਕਵਰੇਜ ਕਰ ਰਹੇ ਨੇ। ਕੱਲ੍ਹ ਵੀ ਉਹਨਾਂ ਵੱਲੋਂ ਜਗਬਾਣੀ ਅਖਬਾਰ ਦੇ ਵਿੱਚ ਮਾਤਾ ਜੀ ਦੇ ਪ੍ਰਥਾਏ ਪਾਠ ਦੇ ਭੋਗ ਦਾ ਇਸ਼ਤਿਹਾਰ ਲੱਗਾ ਸੀ। ਇਸੇ ਤਰ੍ਹਾਂ ਸਰਦਾਰ ਫਤਿਹ ਸਿੰਘ ਜੀ ਨੌਨੀਮਾਨ, ਜਥੇਦਾਰ ਜੋਰਾ ਸਿੰਘ ਜੀ ਉਹਨਾਂ ਦੇ ਬੇਟੇ ਨੌਨੀਮਾਨ, ਉਹਨਾਂ ਦੇ ਭਰਾਤਾ ਸਰਦਾਰ ਫਤਿਹ ਸਿੰਘ ਜੀ ਹਾਜ਼ਰੀ ਨੂੰ ਭਰ ਰਹੇ ਨੇ, ਸਰਦਾਰ ਸੁਖਵੰਤ ਸਿੰਘ ਤੇ ਗੁੱਜਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਉਹ ਹਾਜ਼ਰੀਆਂ ਭਰ ਰਹੇ ਨੇ, ਸਰਦਾਰ ਕੀਰਤ ਸੁਖਦੇਵ ਸਿੰਘ ਬਾਠ ਮੀਤ ਪ੍ਰਧਾਨ ਅਕਾਲੀ ਦਲ ਜ਼ਿਲ੍ਹਾ ਫਿਰੋਜ਼ਪੁਰ, ਉਹ ਹਾਜ਼ਰੀਆਂ ਭਰ ਰਹੇ ਨੇ, ਮੇਜਰ ਸਿੰਘ ਬਲਾਕ ਪ੍ਰਧਾਨ ਅਕਾਲੀ ਦਲ ਲਖਪਤੀ ਬਲਾਕ, ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਇਸੇ ਤਰ੍ਹਾਂ ਜਥੇਦਾਰ ਜਗਤਾਰ ਸਿੰਘ ਜੀ ਪੈਂਡੇ ਵਾਲੇ ਹਾਜ਼ਰੀਆਂ ਭਰ ਰਹੇ ਨੇ, ਸੰਤਰਾ ਭਗਤ ਮਿਲਖਾ ਸਿੰਘ ਜੀ ਉਹਨਾਂ ਵੱਲੋਂ ਵੀ ਸੋਗ ਸੰਦੇਸ਼ ਆਇਆ ਹੈ। ਇਸੇ ਤਰ੍ਹਾਂ ਗਿਆਨੀ ਆਤਮਾ ਸਿੰਘ ਜੀ, ਮਹਾਂਪੁਰਸ਼ ਬਾਬਾ ਸ਼ਰਦਰ ਸਿੰਘ ਜੀ ਸੁਧਾਮਾ ਵਾਲਿਆਂ ਦੇ ਨਾਲ ਪਹੁੰਚੇ ਨੇ, ਜਥੇਦਾਰ ਕੁਲਵੰਤ ਸਿੰਘ ਜੀ ਬਡਾਲਾ ਅਖੰਡ ਕੀਰਤਨੀ ਦੇ ਅਤਿ ਸਤਿਕਾਰਯੋਗ ਜਥੇਦਾਰ ਸਾਹਿਬਾਨ, ਉਹ ਵੀ ਹਾਜ਼ਰੀਆਂ ਭਰ ਰਹੇ ਨੇ, ਸਾਰਿਆਂ ਦਾ ਹੀ ਧੰਨਵਾਦ। ਆਓ ਸਤਿਕਾਰਯੋਗ ਬਾਬਾ ਸ਼ਰਦਰ ਸਿੰਘ ਜੀ 2-4 ਮਿੰਟ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਕੋਈ ਗੱਲ ਨਹੀਂ ਕਰਦਾ, ਆਓ 2 ਮਿੰਟ ਜ਼ਰੂਰ, 2 ਮਿੰਟ ਸੰਗਤ ਦੇ ਦਰਸ਼ਨ। ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਅਤਿ ਸਤਿਕਾਰਯੋਗ ਮਾਤਾ ਜੀ ਮਾਤਾ ਸੁਰਿੰਦਰ ਕੌਰ ਜੀ ਦੀ ਅੰਤਮ ਅਰਦਾਸ ਸਾਹਿਬ ਹੋ ਰਹੇ ਹਾਂ। ਆਪ ਸਭ ਸੰਗਤਾਂ ਕਾਫੀ ਲੰਬੇ ਸਮੇਂ ਤੋਂ ਬੈਠ ਕੇ ਗੁਰਮੁਖੀ ਬਾਣੀ ਦਾ ਅਰਦਾਸ ਕੀਰਤਨ ਸਰਵਣ ਕਰ ਰਹੇ ਸੀ, ਗੁਰਮੁਖ ਵਿਚਾਰਨ ਸਰਵਣ ਕਰ ਰਹੇ ਸੀ, ਬੜੇ ਵਿਸਥਾਰ ਦੇ ਨਾਲ ਪਿਆਰ ਦੇ ਨਾਲ ਗੁਰਮੁਖਾਂ ਪਿਆਰਿਆਂ ਨੇ ਮਾਂ ਦੇ ਪਿਆਰ ਬਾਰੇ ਆਪਾਂ ਨੂੰ ਦਰਸਾਇਆ ਹੈ। ਆਪ ਸੰਗਤਾਂ ਨੇ ਸਰਵਣ ਕੀਤੇ, ਦਾਸ ਨੂੰ ਹੁਕਮ ਹੋਇਆ 2-4 ਮਿੰਟ ਵਾਸਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਦਾਸ ਦੀ ਮਨ ਦੀ ਇੱਛਾ ਹੈ ਕਿ 2-4 ਮਿੰਟ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰ ਲਈਏ, ਜਿਹਦੇ ਨਾਲ ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ। ਜਿੱਥੇ ਆਪ ਸੰਗਤਾਂ ਨੇ ਕੀਰਤਨ ਸਰਵਣ ਕੀਤਾ, ਗੁਰਮੁਖ ਵਿਚਾਰਾਂ ਸਰਵਣ ਕੀਤੀਆਂ ਨੇ, ਆਓ ਅਤੇ ਥੋੜ੍ਹਾ ਜਿਹਾ ਸਮਾਂ ਜਿੰਨਾ ਕੁ ਆਪਾਂ ਨੂੰ ਸਮਾਂ ਲਾਉਣ ਪਿਆ ਹੈ, 2-4 ਮਿੰਟ ਵਾਸਤੇ ਸਾਰੀ ਸੰਗਤ ਪਿਆਰ ਭਾਵਨਾ ਨਾਲ ਮਾਤਾ ਜੀ ਨੂੰ ਸਰਧਾ ਦੇ ਫੁੱਲ ਅਰਪਣ ਕਰੀਏ। ਸਾਰੀ ਸੰਗਤ ਕਿਰਪਾ ਕਰਿਓ ਜੀ, ਕਵਰੇਜ ਕੀਤੀ ਗਈ।
ਮੇਰੇ ਬਹੁਤ ਹੀ ਸਤਿਕਾਰ ਯੋਗ ਮੇਰੇ ਵੀਰ ਰਿਚੀ ਗਰਗ ਦੂਰਦਰਸ਼ਨ ਦੇ ਜਿਹੜੇ ਮਹਾਨ ਰਿਪੋਰਟਰ ਨੇ ਬੜੇ ਸਤਿਕਾਰ ਯੋਗ ਦਾ ਬੜਾ ਚੰਗਾ ਪਿਆਰ ਉਹਨਾਂ ਵੱਲੋਂ ਵਿਸ਼ੇਸ਼ ਤੌਰ 'ਤੇ ਦੀਪ ਭੇਜੀ ਗਈ ਉਹਨਾਂ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹ ਪ੍ਰੋਗਰਾਮ ਦਿਨ ਬੁੱਧਵਾਰ ਸ਼ਾਮ ਨੂੰ 4:30 ਤੋਂ ਲੈ ਕੇ 5 ਵਜੇ ਚੈਨਲ ਨੰਬਰ 400 'ਤੇ ਟੈਲੀਕਾਸਟ ਕੀਤਾ ਜਾਵੇਗਾ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਨੇ ਸਾਫਟਵੇਅਰ ਮਾਨਸਰ ਦਾ ਵੀ ਦਸ ਦੇ ਵੱਲੋਂ ਹਾਰਦਿਕ ਧੰਨਵਾਦ ਉਹ ਆਪਣੀ ਟੀਮ ਦੇ ਸਹਿਤ ਇੱਥੇ ਪਹੁੰਚੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਂ ਕੋਟ ਸ਼ੁਕਰ ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਮਹਾਨ ਬਖਸ਼ਿਸ਼ ਕੇ ਕਰਕੇ ਇਸ ਸਮੁੱਚੇ ਪ੍ਰੋਗਰਾਮ ਦੀ ਚੜ੍ਹਦੀ ਕਲਾ ਦੇ ਨਾਲ ਸਮਾਪਤੀ ਸਾਨੂੰ ਬਖਸ਼ਿਸ਼ ਕੀਤੀ ਹੈ ਸਾਰਿਆਂ ਦਾ ਧੰਨਵਾਦ ਪਤਵੰਤੇ ਸੱਜਣਾਂ ਦੇ ਕੋਲੋਂ ਦਸ ਵਾਰੀ ਫਿਰ ਉਹਨਾਂ ਦਾ ਜਸ ਹੋਵੇਗਾ ਕਿਉਂਕਿ ਸਾਰੇ ਵੱਲੋਂ ਪਿਆਰਿਆਂ ਦੇ ਹੋ ਸਕਦਾ ਮੇਰੇ ਤੋਂ ਨਾਮ ਹੀ ਨਾ ਲੈ ਗਏ ਹੋਣ ਸਤਿਕਾਰਯੋਗ ਸਰਪੰਚ ਸਾਹਿਬ ਸਮਾਗਮ ਸਰਦਾਰ ਗੁਰਵੇਰ ਸਿੰਘ ਜੀ ਤਸ਼ਰੀਫ ਲੈ ਕੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਵਿਸ਼ੇਸ਼ ਤੌਰ 'ਤੇ ਮੇਰੇ ਸਤਿਕਾਰਯੋਗ ਬਾਬਾ ਸ਼ਮਸ਼ੇਰ ਸਿੰਘ ਜੀ ਪੌੜੀ ਉਹ ਵੀ ਪਹੁੰਚੇ ਨੇ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਮੈਂ ਉਹਨਾਂ ਨੂੰ ਸਮਾਂ ਨਹੀਂ ਦੇ ਸਕਿਆ ਉਹ ਬੜੇ ਵਿਦਵਾਨ ਨੇ ਉਹ ਸੁਣਨ ਵਾਲਿਆਂ ਨੇ ਬੜੇ ਉਹਨਾਂ ਦੇ ਕਮਾਲ ਦੇ ਬਚਨ ਨੇ ਪਰ ਮੌਸਮ ਦੀ ਥੋੜ੍ਹਾ ਖਰਾਬੀ ਕਰਕੇ ਮੈਂ ਉਹਨਾਂ ਪਰਸਨ ਨੂੰ ਖਿਮਾ ਦਾ ਜਲ ਸਕਾਂ ਮੇਰੇ ਨਾਲ ਉਹਨਾਂ ਦਾ ਬੜਾ ਜਲ ਤੋਂ ਸੁਨੇਹ ਹੈ ਦਾਤਾ ਜੀ ਕਿਰਪਾ ਕਰਨ ਤੁਹਾਡਾ ਆਸ਼ੀਰਵਾਦ ਤੁਹਾਡੇ ਹਮਦਰਦੀ ਦੇ ਵਚਨ ਦਾਸ ਦੇ ਸਮੁੱਚੇ ਪਰਿਵਾਰ ਦੇ ਸਿਰ ਮੱਥੇ ਸਿਆਣੇ ਆਖਦੇ ਨੇ ਖੁਸ਼ੀ ਵਡਾਈ ਅਤੇ ਵੱਧਦੀ ਹੈ ਗਮੀ ਵਡਾਈ ਅਤੇ ਘੱਟਦੀ ਹੈ ਤੁਸੀਂ ਸਾਡੇ ਇਸ ਗਮ ਦੇ ਮਾਹੌਲ ਦੇ ਵਿੱਚ ਸ਼ਿਰਕਤ ਕੀਤੀ ਔਰ ਸਾਨੂੰ ਹਮਦਰਦੀ ਦੇ ਚਾਰ ਬਚਨ ਕਹਿ ਜਿਹਨਾਂ ਕਰਕੇ ਸਾਡਾ ਹੌਸਲਾ ਵਧਿਆ ਆਪ ਸਾਰਿਆਂ ਦਾ ਹੀ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਦਮਦਮੀ ਟਕਸਾਲ ਦੇ ਗੁਰਮੁਖ ਪਿਆਰੇ ਸਿੰਘਾਂ ਦਾ ਧੰਨਵਾਦ ਭਾਈ ਬਲਵੀਰ ਸਿੰਘ ਜੀ ਭਾਈ ਮਨਿੰਦਰ ਸਿੰਘ ਭਾਈ ਬਲਦੇਵ ਸਿੰਘ ਭਾਈ ਹਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਭਾਈ ਲਹਿਣਾ ਸਿੰਘ ਜੀ ਤਿੰਨਾਂ ਦੇ ਰਾਗੀ ਜਥੇ ਦਾ ਧੰਨਵਾਦ ਸਾਡੇ ਅਤਿ ਸਤਿਕਾਰ ਜੋ ਸਰਦਾਰ ਗੁਰਲਾਲ ਸਿੰਘ ਜੀ ਸਰਪੰਚ ਸ਼੍ਰੀ ਬਾਲਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅੱਗੇ ਹੋ ਕੇ ਸਾਰੇ ਪ੍ਰੋਗਰਾਮ ਦੀ ਸੇਵਾ ਦਾ ਖੁਦ ਹੀ ਨਿਭਾਈ ਹੈ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਦੱਸ ਰਿਹਾ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਵਿਸ਼ੇਸ਼ ਧੰਨਵਾਦ ਦਾਸ ਬੀਬੀਆਂ ਦਾ ਵੀ ਕਰੇਗਾ ਮਾਤਾਵਾਂ ਦਾ ਵੀ ਕਰੇਗਾ ਕਿ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਦੇ ਦਰਮਿਆਨ ਚੁੱਪ ਦਾ ਦਾਨ ਬਖਸ਼ਿਆ ਅਤੇ ਸ਼ਾਂਤੀ ਬਣਾਈ ਰੱਖੀ ਕਿਉਂਕਿ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮਾਤਾਵਾਂ ਬੀਬੀਆਂ ਦਾ ਵੀ ਧੰਨਵਾਦ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ 3 ਦਿਨ ਆਪਾਂ ਨੂੰ ਗੁਰਬਾਣੀ ਪੜ੍ਹ ਕੇ ਸਰਵਣ ਕਰਾਈ ਸਾਰਿਆਂ ਦਾ ਧੰਨਵਾਦ ਦਾਦਾ ਜੀ ਦੇ ਕਰਨ ਬਖਸ਼ਿਸ਼ ਕਰਨ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਹੁਣ ਹੋਰ ਚੜ੍ਹਦੀ ਕਲਾ ਬਖਸ਼ਣ ਤਾਂ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਸੇਵਾ ਦੇ ਹੋਰ ਚੜ੍ਹਦੀ ਕਲਾ ਦੇ ਨਾਲ ਯੋਗ ਹੋ ਸਕਣ ਹੋਈਆਂ ਗਲਤੀਆਂ ਦੀ ਮਾਫ਼ੀ ਸਤਿਗੁਰੂ ਪਾਤਸ਼ਾਹ ਜੀ ਦੇ ਸੁੱਖ ਅਸਣਾਂ ਦੀ ਸੇਵਾ ਹੋ ਰਹੀ ਹੈ ਸਤਿਗੁਰੂ ਸਤਨਾਮ ਸ੍ਰੀ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾਣ ਨੀ ਮਾਣੀ ਤੂੰ ਮੈਂ ਮਾਣ ਨੀ ਮਾਣੀ ਮੇਰੇ ਸਾਹਿਬ ਸਾਹਿਬ ਮੇਰੇ ਸਾਹਿਬ ਅਰਦਾਸ ਕਰੀ ਰੱਬ ਆਪਣੇ ਆ ਗਏ ਅਰਦਾਸ ਕਰੀ ਪ੍ਰਭ ਆਪਣੇ ਆ ਗਏ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾਨ ਨੀ ਮਾਣੀ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ
ਜਿਸ ਵਿਸਰੈ ਸੋ ਮਰ ਜਾਏ। ਤੁਤ ਚੇਤ ਆਏ ਮਹਾਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਦਿਆਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ। ਅਰਦਾਸ ਕਰੀ ਪ੍ਰਭ ਆਪਣੇ ਆਗੇ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਸਾਹਿਬ ਮੇਰੇ ਸਾਹਿਬ, ਮੇਰੇ ਸਾਹਿਬ, ਮੇਰੇ ਸਾਹਿਬ, ਤੂੰ ਮੈਂ ਮਾਨ ਨਿਮਾਣੀ, ਤੂੰ ਮੈਂ ਮਾਨ ਨਿਮਾਣੀ। ਮੇਰੇ ਸਾਹਿਬ, ਮੇਰੇ ਸਾਹਿਬ, ਸਾਹਿਬ, ਮੇਰੇ ਸਾਹਿਬ। ਚਰਨ ਤੇਰੇ ਦਰਸ਼ਨ ਕੋ ਬਲ ਜਾਈ, ਤੇਰੇ ਦਰਸ਼ਨ ਕੋ ਬਲ ਜਾਈ, ਤੇਰੇ ਦਰਸ਼ਨ ਕੋ ਬਲ ਜਾਈ। ਚਰਨ ਤੇਰੇ ਦਰਸ਼ਨ ਕੋ ਬਲ ਜਾਈ, ਅੰਮ੍ਰਿਤ ਬਚਨ ਹਿਰਦੈ ਉਰਤਾਰੀ, ਤੋ ਕਿਰਪਾ ਤੇ ਸੰਗ ਪਾਈ। ਅਰਦਾਸ ਕਰੀ ਪ੍ਰਭ ਆਪਣੇ ਆਗੇ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬ, ਮੇਰੇ ਸਾਹਿਬ, ਮੇਰੇ ਸਾਹਿਬ, ਮੇਰੇ ਸਾਹਿਬ, ਤੂੰ ਮੈਂ ਮਾਨ ਨਿਮਾਣੀ, ਤੂੰ ਮੈਂ ਮਾਨ ਨਿਮਾਣੀ। ਮੇਰੇ ਸਾਹਿਬ, ਮੇਰੇ ਸਾਹਿਬ, ਮੇਰੇ ਸਾਹਿਬ, ਮੇਰੇ ਸਾਹਿਬ। ਗਤ ਤੁਧ ਪੈ ਸਾਰੀ, ਤੁਧ ਜੇਵਟ ਅਵਰ ਨ ਕੋਈ। ਅੰਤਰ ਕੀ ਗਤ ਤੁਧ ਪੈ ਸਾਰੀ, ਤੁਧ ਜੇਵਟ